ਇਹਦੇ 'ਤੇ ਨਾ ਇੱਕ ਐਕਸੀਡੈਂਟ ਹੋਇਆ ਇੱਕ ਬੱਸ ਦੇ ਨਾਲ ਮੋਟਰਸਾਈਕਲ ਦੇ ਉੱਤੇ ਇੱਕ ਮੁੰਡੇ ਦੇ ਪਿੱਛੇ ਲੇਡੀ ਬੈਠ ਕੇ ਜਾ ਰਹੀ ਸੀ ਇੱਕ ਲੇਡੀ ਇੰਜਰਡ ਹੋਈ ਹੈ ਦੋ ਲੇਡੀ ਸੀਗੀਆਂ ਅਤੇ ਇੱਕ ਦੀ ਡੈਥ ਹੋਈ ਹੈ ਬੱਸ ਦੇ ਨੀਚੇ ਆਉਣ ਦੇ ਨਾਲ ਕੁਚਲੇ ਜਾਣ ਦੇ ਨਾਲ ਉਹਦੀ ਡੈਥ ਹੋ ਗਈ ਆ ਇਹਦੇ ਸੰਬੰਧੀ ਅਸੀਂ ਬਣਦੀ ਜਿਹੜੀ ਆ ਲੀਗਲ ਐਕਸ਼ਨ ਜਿਹੜਾ ਆ ਉਹ ਮੁਕੱਦਮਾ ਦਰਜ ਕਰ ਰਹੇ ਹਾਂ ਜਿਹੜਾ ਦੋਸ਼ੀ ਆ ਉਹ ਕਾਬੂ ਕਰ ਲਿਆ ਪਬਲਿਕ ਨੇ ਕਾਬੂ ਕਰ ਲਿਆ ਸੀਗਾ ਅਤੇ ਇਮੀਡੀਏਟਲੀ ਅਸੀਂ ਐੱਫ ਆਈ ਆਰ ਦਰਜ ਕਰਕੇ ਉਹਦੀ ਗ੍ਰਿਫਤਾਰੀ ਪਾਉਂਦੇ ਹਾਂ ਅਤੇ ਇਸ ਤੋਂ ਇਲਾਵਾ ਜੋ ਰਿਕੁਆਇਰਡ ਪਰਫਾਰਮਾਂਸ ਆ ਉਹ ਭਰ ਕੇ ਅਤੇ ਜਿਹੜਾ ਪੀੜਿਤ ਪਰਿਵਾਰ ਆ ਉਹਨੂੰ ਬਣਦਾ ਮੁਆਵਜ਼ਾ ਵੀ ਸਰਕਾਰ ਵੱਲੋਂ ਦਵਾਇਆ ਜਾਏਗਾ। ਬੱਸ ਕਿੱਦਾਂ ਦੀ ਸੀਗੀ? ਔਰ ਬਸ ਆਈ ਥਿੰਕ ਸਰਕਾਰੀ ਬੱਸ ਆ ਅਤੇ ਅੱਗੇ ਫਿਰ ਉਹਦੀ ਵੈਰੀਫਿਕੇਸ਼ਨ ਹੋ ਜਾਏਗੀ, ਡਰਾਈਵਰ ਅੱਗੇ ਸਾਰਾ ਕਲੀਅਰ ਕਰ ਦੇਗਾ ਜੀ। ਇੱਕ ਜਣਾ ਇੰਜਰਡ ਆ ਜੀ, ਅਤੇ ਇੱਕ ਜਣਾ ਇੰਜਰਡ ਆ ਅਤੇ ਇੱਕ ਜਣੇ ਦੀ ਡੈਥ ਹੋਈ ਆ। ਜਿਹੜਾ ਦੂਸਰਾ ਮੁੰਡਾ ਆ ਜਿਹੜਾ ਮੌਕੇ 'ਤੇ ਸੀਗਾ ਜਿਹੜਾ ਡਰਾਈਵ ਕਰ ਰਿਹਾ ਸੀਗਾ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕਾਰਵਾਈ ਕਰਾਂਗੇ। ਡੈਫੀਨੇਟਲੀ ਜੀ ਅਸੀਂ ਸਾਰੀਆਂ ਸਨੈਪਸ ਵਗੈਰਾ ਲੈ ਲਈਆਂ ਮੌਕੇ ਤੋਂ, ਸਾਰੇ ਐਵੀਡੈਂਸ ਇਕੱਠੀ ਕਰਕੇ ਅਸੀਂ ਫਾਈਲ ਦੇ ਉੱਤੇ ਲਿਆ ਕੇ ਕਾਨੂੰਨੀ ਕਾਰਵਾਈ ਕਰ ਰਹੇ ਹਾਂ।